फरीदकोट के गोदड़ी साहिब एरिए लंबे समय तो चल रही अचार फैक्टरी का वड्डा कारनामा अज पिंड दे लोकां ने उस वक्त जग जाहर कर दिता जदों फैक्टरी विच बनन वाले वख-वख खाद पदार्थां विच कथित वरत्या जाण वाला गन्ने दा सीरा घरां दे टॉयलेट्स फ्लश टैंक साफ करन वाले टैंकर राही फैक्टरी विच स्टोर किया जा रहा सी। मौके उत्ते इकट्ठे होए पिंड वासियां ते सरपंच ने टैंकर नूं काबू करके मौके उत्ते ही प्रशासन ते मीडिया दे ध्यान विच सारा मामला लिआंदा। मौके उत्ते पहुंची सेहत विभाग दी टीम ने जिथे फैक्टरी अंदर पै खाद पदार्थां दे सैंपल भरे उत्थे ही प्रशासनिक अधिकारियों वल्लों इस पूरे मामले दी रिपोर्ट उच्च अधिकारियों नूं भेजण दी गल आखी है। दस दईए कि फरीदकोट दे कोटकपुरा रोड उत्ते गोदड़ी साहिब कलोनी दी पंचायत दे एरिए एक निजी अचार फैक्टरी लगी हुई है जिस दे विच अचार अते होर कई तरह दे खाद पदार्थ बनाए जांदे ने। इस मौके गलबात करदिआं पिंड दे सरपंच गुरकवलजीत सिंह अते होर पिंड वासियां ने दस्सिया कि इह अचार दी फैक्टरी है अते कई तरह दीआं खाण पीण दीआं वस्तुआं इत्थे बनाईआं जांदियां ने। उन्हां ने दस्सिया कि फैक्टरी मालकां वल्लों सारे नियमां नूं छक्के टंग के बहुत ही घटिया काम कीता जा रहा सी। फरीदकोट तों ब्यूरो रिपोर्ट। वधेरे खबरां दी जानकारी लई देखते रहो अजीत वैब टीवी। हाँ जी बई यार नाल ही घर है मेरा जी। की मसला सी इसे कदों कदे टैंके खाली हो रहे सीगे ए बई? कल दोपहर तो बाद दे लगे है जी। उत्थे वड्डे टैंकर आके मेन सड़क ते खड़ जांदे सी, उन्हां चो शिफ्ट एदे च करदे सी, इत्थों लिया के फिर आ फैक्टरी चंदर लैके जांदे पए आ जी। असीं ਇਹ ਸਾਰਾ ਪਿੰਡ ਅਸੀਂ ਬਹੁਤ ਪਰੇਸ਼ਾਨ ਹਾਂ ਜੀ। ਪਹਿਲਾਂ ਵੀ ਧਰਨੇ ਦਿੱਤੇ ਆ। ਇਹ ਪ੍ਰਸ਼ਾਸਨ ਪੈਸੇ ਵਾਲੇ ਬੰਦੇ ਆ ਜੀ, ਪ੍ਰਸ਼ਾਸਨ ਨੂੰ ਆਪਦੇ ਹੱਕ 'ਚ ਕਰ ਜਾਂਦੇ ਆ, ਪਰ ਮਤਲਬ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ। ਇਹ ਕਿਹੜਾ ਟੈਂਕ ਹੈ ਜਿਹੜੇ ਨਾਲ? ਇਹ ਸੇਫਟੀ ਟੈਂਕ ਆ ਬਾਈ ਜੀ। ਸਾਡੇ ਪਿੰਡ ਦੇ ਸਾਰੇ ਜਿਹੜੇ ਗੈਪ ਹੈਗੇ ਲੈਟਰਿੰਗ ਵਾਲੇ ਹੁੰਦੇ ਆ ਜਿਹੜੇ, ਉਹ ਸਾਫ ਕਰਦਾ ਜੀ ਮੁੰਡਾ ਪਿੰਡ ਦਾ। ਜਦੋਂ ਕਿਤੇ ਭਰਦੇ ਆ ਤੇ ਸਾਰੇ ਫੋਨ ਕਰਕੇ ਇਹਨੂੰ ਹੀ ਸੱਦਦੇ ਆ ਜੀ। ਕੱਲ ਵੀ ਇਹਨੇ ਆਪਣੇ ਪਿੰਡੋਂ 3-4 ਘਰਾਂ ਦੇ ਸਾਫ ਕੀਤੇ ਆ ਜੀ। ਉਹ ਮੁੰਡਾ ਸਾਡਾ ਜੀ, ਉਹਨੇ ਵਿਚਾਰੇ ਨੇ ਕਿਹਾ ਵੀ ਬਾਈ ਇਹ ਦੂਜੇ ਕੰਮ ਵਾਲਾ ਹੈਗਾ, ਸਫਾਈ ਵਾਲਾ ਨਹੀਂ ਗਾ ਇਹ, ਪਰ ਇਹ ਕਹਿੰਦੇ ਵੀ ਕੋਈ ਗੱਲ ਨਹੀਂ, ਅਸੀਂ ਆਪੇ ਸਾਰਾ ਦੇਖ ਲਾਂਗੇ, ਪ੍ਰਸ਼ਾਸਨ ਨੂੰ ਵੀ ਅਤੇ ਸਾਰੇ ਕਾਸੇ ਨੂੰ। ਇਹਨਾਂ ਨੇ ਧੱਕੇ ਨਾਲ ਉਹਦੇ ਤੋਂ ਕੰਮ ਲਿਆ ਜੀ। ਕੀ ਮੰਗ ਹੈ? ਮੰਗ ਇਹੀ ਹੈ ਜੀ, ਕਾਰਵਾਈ ਹੋਣੀ ਚਾਹੀਦੀ ਹੈ। ਸਾਰੀ ਪਿੰਡ ਦੀ ਪੰਚਾਇਤ, ਜਿੰਨੇ ਪਿੰਡ ਦੇ ਲੋਕ ਹੈ ਜੀ, ਸਾਰੇ ਇਸ ਦੇ ਇਹ ਚੀਜ਼ਾਂ ਦੇ ਖਿਲਾਫ਼ ਹੈ ਜੀ। ਸਾਡੇ ਛੋਟੇ ਛੋਟੇ ਬੱਚੇ ਹੈ ਜੀ, ਇਹ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਮਤਲਬ ਬਹੁਤ ਗੰਦ ਪਾ ਕੇ ਵੇਚ ਰਹੇ ਆ। ਅੱਗੇ ਵੀ ਪਿੰਡ ਦੀ ਪੰਚਾਇਤ ਨੇ ਇਹਨਾਂ ਨੂੰ ਬਹੁਤ ਤਾਰੀ ਦਿੱਤਾ ਅਤੇ ਇਹਨਾਂ ਨੇ ਪਿੰਡ ਦੀ ਪੰਚਾਇਤ 'ਤੇ ਹੀ ਕਾਰਵਾਈ ਕਰਵਾਈ ਹੋਈ ਹੈ, ਜਿਹੜਾ ਕੇਸ ਕੋਰਟ 'ਚ ਚੱਲ ਰਿਹਾ ਜੀ। ਇਹ ਬਾਈ ਜੀ ਮਸਲਾ ਕੋਈ ਅੱਜ ਦਾ ਨਹੀਂ ਹੈ, ਪਿਛਲੇ 5-6 ਮਹੀਨੇ ਦਾ ਮਸਲਾ। ਪੰਚਾਇਤ ਵੱਲੋਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧਰਨਾ ਵੀ ਲੱਗਿਆ ਸੀ, ਤੁਸੀਂ ਵੀ ਉਹਨੂੰ ਕਵਰ ਕੀਤਾ। ਪ੍ਰਸ਼ਾਸਨ ਤੱਕ ਵੀ ਅਸੀਂ ਬੇਨਤੀ ਲੈ ਗਏ, ਪਰ ਪ੍ਰਸ਼ਾਸਨ ਨੇ ਸਾਡੀ ਕੋਈ ਬਾਣੀ ਫੜੀ। ਪ੍ਰਸ਼ਾਸਨ ਵਿਕਿਆ, ਪ੍ਰਸ਼ਾਸਨ ਨੂੰ ਅਪਰੋਚ ਹੋਈ ਹੈ, ਇਹਨਾਂ ਨੂੰ ਜੁਰਮਾਨਾ ਵੀ ਕੀਤਾ। ਠੀਕ ਹੈ ਜੀ, ਕੋਈ ਇਹਨਾਂ ਦਾ ਟ੍ਰੀਟਮੈਂਟ ਪਲਾਂਟ ਨਹੀਂ, ਗੰਦਾ ਪਾਣੀ ਇੱਥੇ ਘੱਟੋ ਘੱਟ ਵੀ 600 650 ਘਰ ਆ, ਜਿਹੜਾ ਇਹਨਾਂ ਕਰਕੇ ਜਿਹਨਾਂ ਦਾ ਜੀਣਾ ਦੁੱਬਰ ਆ। ਰਾਤ ਇਹਨਾਂ ਦਾ ਕੋਈ ਸੀਰੇ ਦਾ ਟੈਂਕਰ ਆਇਆ ਸੀਗਾ, ਉਹ ਟੈਂਕਰ ਦੇ ਵਿੱਚ ਉਹਨਾਂ ਨੇ ਸੀਰਾ ਅੰਦਰ ਸ਼ਿਫਟ ਕਰਨ ਵਾਸਤੇ ਆ ਇਹਨਾਂ ਨੇ ਵਰਤਿਆ ਟੈਂਕਰ, ਅਤੇ ਸਾਡੇ ਪਿੰਡ ਦਾ ਹੀ ਟੈਂਕਰ ਆ। ਇਹਦੇ ਨਾਲ ਇਹ ਟੈਂਕਰ ਨਾਲ ਇਹ ਮੁੰਡਾ ਘਰਾਂ 'ਚੋਂ ਗਟਰ ਸਾਫ ਕਰਦਾ। ਜਿਹੜੀ ਚੀਜ਼ ਲੋਕਾਂ ਨੇ ਖਾਣੀ ਹੈ, ਸੀਰਾ ਚਾਰ 'ਚ ਵੀ ਪੈਣਾ, ਇਹ ਸੀਰਾ ਨਿਊਡਲ 'ਚ ਵੀ ਪੈਣਾ, ਇਹ ਸੀਰਾ ਹਰੇਕ ਥਾਂ 'ਤੇ ਇਹਨਾਂ ਨੇ ਵਰਤਣਾ। ਅਤੇ ਸੀਰਾ ਸ਼ਿਫਟ ਇਹ ਕਿਹਦੇ ਨਾਲ ਕਰ ਰਹੇ ਆ? ਗਟਰ ਵਾਲੇ ਨਾਲ, ਜਿਹਨਾਂ ਨਾਲ ਆਪਾਂ ਆਪਣੇ ਘਰ ਦੇ ਫਲੱਸ਼ ਸਾਫ ਕਰਾਉਂਦੇ ਹਾਂ, ਉਹਦੇ ਨਾਲ ਇਹ ਸੀਰਾ ਸਾਫ ਸ਼ਿਫਟ ਕਰਕੇ ਅਤੇ ਲੋਕਾਂ ਵਾਸਤੇ ਚਾਰ ਅਤੇ ਨਿਊਡਲ ਤਿਆਰ ਕਰ ਰਹੇ ਜਿਹੜੇ ਲੋਕ ਖਾਂਦੇ ਆ। ਮੈਂ ਸਾਰੇ ਫਰੀਦਕੋਟ ਨਿਵਾਸੀਆਂ ਨੂੰ, ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਗੇਰਾ ਚਾਰ ਫੈਕਟਰੀ ਦਾ ਪ੍ਰੋਪਰ ਬਾਈਕਾਟ ਕਰੋ, ਜੇ ਆਪਦੀ ਸਿਹਤ ਨੂੰ ਸਹੀ ਰੱਖਣਾ ਤਾਂ। ਇਸ ਕਰਕੇ ਇਹ ਇਹਨਾਂ ਦਾ ਬਣੇ ਪ੍ਰੋਟੈਕਟ ਗੁਰੂ ਘਰਾਂ 'ਚ ਵੀ ਜਾਂਦੇ ਆ। ਠੀਕ ਆ, ਇੰਨੀ ਕੁ ਇਹਨਾਂ ਦੀ ਇਨਸਾਨੀਅਤ ਮਰ ਚੁੱਕੀ ਆ। ਠੀਕ ਆ, ਲੋਕ ਦੇਖੋ, ਸਿਹਤ ਨਾਲ ਖਿਲਵਾੜ, ਸਿਹਤ ਤੋਂ ਵੱਡੀ ਕੋਈ ਚੀਜ਼ ਨਹੀਂ ਮੈਂ ਮੰਨਦਾ ਯਾਰ। ਪੈਸਾ ਕਮਾ ਲਾਂਗੇ, ਪੈਸਾ ਕਿਸੇ ਹੋਰ ਕੰਮ 'ਚੋਂ ਵੀ ਕਮਾ ਲਾਂਗੇ, ਪਰ ਪੈਸੇ ਪਿੱਛੇ ਆਪਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੀਏ, ਬਹੁਤ ਮਾੜੀ ਗੱਲ ਆ। ਅਸੀਂ ਪ੍ਰਸ਼ਾਸਨ 'ਤੇ ਮੰਗ ਕਰਦੇ ਹਾਂ ਵੀ ਇਹਨਾਂ 'ਤੇ ਤੁਰੰਤ ਬੰਦੀ ਕਾਰਵਾਈ ਕੀਤੀ ਜਾਏ। ਜੇ ਪ੍ਰਸ਼ਾਸਨ ਨੇ ਪਰਚਾ ਨਾ ਦਰਜ ਕੀਤਾ ਤਾਂ ਅਸੀਂ ਹੋਰ 2 ਘੰਟੇ ਤੱਕ ਸੜਕ ਜਾਮ ਕਰਾਂਗੇ। ਮਹੱਲੇ ਵਾਲਿਆਂ ਨੇ ਜਾਂ ਪੰਚਾਇਤ ਨੇ ਐਲੀਗੇਸ਼ਨ ਲਾਏ ਨੇ, ਕੀ ਮਸਲਾ ਜੀ ਇਹ ਸਾਰਾ ਟੈਂਕ ਵਾਲਾ? ਆਪਾਂ ਫਿਊਲ ਵਾਸਤੇ ਮੰਗਾਉਂਦੇ ਹਾਂ, ਇਹ ਅੱਜ ਕੱਲ੍ਹ ਲੱਕੜ ਜਿਵੇਂ ਜਲਦੀ ਹੁੰਦੀ ਹੈ, ਨਾਲ ਹੀ ਚਲਾਉਂਦੇ ਹਾਂ, ਇਹਦੇ ਨਾਲ ਹੀ ਚੱਲਦੇ ਹਾਂ। ਹਾਂ, ਇਹਦੇ ਵਾਸਤੇ ਫਿਊਲ ਬਿਨਾਂ ਗੱਲ ਤੋਂ ਮਸਲਾ ਬਣਾਇਆ ਇਹਨਾਂ ਦੀ ਪੰਚਾਇਤ ਨੇ, ਬਸ ਤੋਂ ਕੀ ਦੱਸੀ ਬਸ ਠੀਕ ਦੱਸ ਨਹੀਂ, ਇਹ ਚੀਜ਼ਾਂ 'ਚ ਨਹੀਂ ਵਰਤਿਆ ਜਾਂਦਾ? ਹਾਂ, ਸਿਰਫ ਫਿਊਲ ਦੇ ਤੌਰ 'ਤੇ? ਹਾਂਜੀ ਹਾਂਜੀ, ਫਿਊਲ ਦੇ ਤੌਰ 'ਤੇ ਹੈ। ਕੀ ਚੀਜ਼ ਇਹ? ਸ਼ੀਰਾ। ਸਰ ਅੱਜ ਕੀ ਮਸਲਾ ਹੋਇਆ ਜੀ ਇੱਥੇ ਗੋਦੜੀ ਸਾਹਿਬ ਦੇ ਵਿੱਚ? ਸਰ ਅੱਜ ਪਤਾ ਲੱਗਿਆ ਜੀ ਵੀ ਇੱਥੇ ਸੀਰੇ ਦਾ ਟਰੱਕ ਆਇਆ ਸੀ, ਜਿਹੜਾ ਉਹ ਸ਼ਿਫਟ ਕਰ ਰਹੇ ਆ, ਉਹ
ਆਪਣਾ ਦੂਸਰਾ ਗੰਦ ਧੋਣ ਵਾਲਾ ਜਿਹੜਾ ਕੈਂਟਰ ਹੈ ਉਸ ਤਰ੍ਹਾਂ ਹੀ ਕਰ ਰਹੇ ਹਨ। ਮਤਲਬ ਪਬਲਿਕ ਦੀ ਸ਼ਿਕਾਇਤ ਇਹ ਹੈ ਵੀ ਉਹ ਸੀਧਾ ਮਤਲਬ ਖਾਣ ਵਾਲੀਆਂ ਚੀਜ਼ਾਂ 'ਚ ਮਿਲਾਇਆ ਜਾਂਦਾ, ਜਿਹੜਾ ਗਟਰ ਸਾਫ ਕਰਨ ਵਾਲਾ ਮਤਲਬ ਟਰਾਲੀ ਹੈ ਉਸ ਦੇ ਰਾਹੀਂ ਉਹ ਅੰਦਰ ਸਪਲਾਈ ਕਰ ਰਹੇ। ਫੂਡ ਸੇਫਟੀ ਡਿਪਾਰਟਮੈਂਟ ਵੀ ਆਇਆ ਹੋਇਆ, ਬਾਕੀ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਵੀ ਆਪਣਾ ਕਰ ਰਹੇ, ਜੋ ਕਾਰਵਾਈ ਹੋ ਗਈ ਰਿਪੋਰਟ 'ਚ ਅਧਿਕਾਰੀਆਂ ਨੇ ਭੇਜ ਦਿੱਤੀ ਹੈ। ਪਬਲਿਕ ਦੇ ਹਿੱਤਾਂ ਦਾ ਧਿਆਨ ਰੱਖਿਆ ਜੀ। ਫੈਕਟਰੀ ਕਾਹਦੀ ਹੈ ਜੀ? ਇਹ ਅਚਾਰ ਫੈਕਟਰੀ ਹੈ ਜੀ। ਠੀਕ ਹੈ, ਹਾਂਜੀ, ਫੂਡ ਪ੍ਰੋਡਕਟਸ ਬਣਦੇ? ਹਾਂਜੀ।